Dale, ਚੱਕ ਲਿਆ ਚੱਕ ਲਿਆ ਚੱਕ ਲਿਆ ਰੱਖ ਦੋ ਵੀ ਥੱਲੇ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਜਾਗੋ ਦੇਖ ਲਈ ਆ ਕੱਲ੍ਹ ਅਤੇ ਅੱਜ ਨਵਾਂ ਵਲੋਗ ਸ਼ੁਰੂ ਕਰਦੇ ਹਾਂ ਕੱਲ੍ਹ ਨੂੰ ਆਨੰਦ ਕਾਰਜ ਆ ਸੋ ਸਵੇਰੇ ਕਰ ਰਹੇ ਹਾਂ ਜਾਗੋ ਤੋਂ ਬਾਅਦ ਸ਼ੁਰੂਆਤ ਫਰੂਟਾਂ ਨਾਲ ਕਿਉਂ ਵੀ ਤੁਸੀਂ ਜਾਗੋ ਤਾਂ ਦੇਖ ਹੀ ਲਈ ਹੋਣੀ ਆ ਬੜਾ ਸਾਰਿਆਂ ਨੇ ਹਨਾ ਰੰਗ ਬੰਨਿਆ ਖਾਸ ਤੌਰ 'ਤੇ ਆਹ ਕਨੇਡਾ ਵਾਲਾ ਮੁੰਡਾ ਮਾਮਾ ਮਾੜਾ ਸਾਹਿਬ ਆਹ ਬੰਦੇ ਨੇ ਬਹੁਤ ਭਾਸ਼ਣ ਦਿੱਤੇ ਆ ਤੁਸੀਂ ਵੇਖ ਲਏ ਆ ਭਾਵਕ ਹੋ ਗਿਆ ਸੀ ਇਹ ਹੁਣ ਫਰੂਟਾਂ ਦਾ ਕੰਮ ਚਲਾ ਰਿਹਾ ਹਾਂਜੀ ਨਾਨੀ ਜੀ ਇਹਨਾਂ ਨੇ ਵੀ ਖੂਬ ਭੰਗੜੇ ਪਾਏ ਹਨਾ ਨਹੀਂ ਨਹੀਂ ਐਂ ਹੁੰਦਾ ਜੀ ਚਾਹ ਹੀ ਹੁੰਦਾ ਹਾਂ ਅਸੀਂ ਤਾਂ ਪਾਈ ਗਏ ਜੀ ਤੁਹਾਡੇ ਨਾਲ ਆਹ ਬੈਠਾ ਵਿਆਹ ਵਾਲਾ ਮੁੰਡਾ ਇਹਨੇ ਸਾਰੇ ਬੰਦੇ ਸਾਂਭੇ ਆ ਆਪ ਘੱਟ ਨੱਚੇ ਹਨਾ ਲਓ ਜੀ ਦੇਖੋ ਦਮਨ ਦਾ ਲਹਿੰਗਾ ਬਣ ਰਿਹਾ ਪਾਕਿਸਤਾਨੀ ਨਾਰਕਲੀ ਬਹੁਤ ਹੀ ਸ਼ਾਨਦਾਰ ਤਿਆਰ ਹੋ ਰਹੀ ਆ ਪੂਰਾ ਬਹੁਤ ਸੋਹਣੀ ਬਣੀ ਆ ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਜ਼ਿਆਦਾ ਸੋਹਣਾ ਲਹਿੰਗਾ ਬਣਿਆ ਬ੍ਰਾਈਡਲ ਲਹਿੰਗੇ ਵਰਗਾ ਇਹ ਬਣ ਗਿਆ ਬਹੁਤ ਸੋਹਣਾ ਹਨਾ ਇਹ ਤਾਂ ਬ੍ਰਾਈਡਲ ਵੀ ਪਾ ਸਕਦੀ ਮੈਨੂੰ ਲੱਗਦਾ ਦੇਖੋ ਪੂਰਾ ਹੈਵੀ ਆ ਲੈ ਮੈਂ ਨੇੜੇ ਵਰਕ ਦਿਖਾਵਾਂ ਤੁਹਾਨੂੰ ਆਹ ਦੇਖੋ ਚੋਲੀ ਬਣੀ ਜਾਂਦੀ ਆ ਨਹੀਂ ਬਣ ਗਈ ਉੱਧਰ ਯਾਰ ਲਓ ਜੀ ਹੁਣ ਦਲਵੀਰ ਦੀ ਨਾਈ ਧੋਈ ਹੋਣ ਲੱਗੀ ਆ ਕੱਲ੍ਹ ਨੂੰ ਆਨੰਦ ਕਾਰਜ ਆ ਸੋ ਅੱਜ ਸ਼ਾਮ ਨੂੰ ਨਾਈ ਧੋਈ ਕਰ ਦਿੰਦੇ ਆ ਕਿਉਂ ਵੀ ਨਾਈ ਧੋਈ ਕਰਾਂਗੇ ਠੀਕ ਆ ਪਰ ਤੇਰੇ ਲਈ ਦੇਖ ਰਹੇ ਨਿੱਕੀ ਜੀ ਬਹੂ ਵੀ ਮਿਲ ਜੇ ਨਾ ਕੋਈ ਫੇਰ ਗੱਲ ਆ ਦੁੱਲਾ ਨਾਈ ਧੋਈ ਦੀ ਬਹੁਤ ਕਾਹਲੀ ਕਰ ਰਿਹਾ ਦੁੱਲੇ ਕੀ ਗੱਲ ਆ ਆਂਦਾ ਇਹ ਆਂਦਾ ਵੀ ਹੁਣੇ ਹੀ ਚੱਲੋ ਤੜਕਾ ਤਾਂ ਵੇਟ ਨਹੀਂ ਹੋ ਰਹੀ ਹਾਂ ਕੱਲ੍ਹ ਦਾ ਰੋਕਿਆ ਹੋਇਆ ਇਹ 2 ਵਜੇ ਦਾ ਲੱਗਿਆ 2 ਵਜੇ ਨਾਈ ਤੋਂ ਹੀ ਕਰ ਦਿਓ ਪਰ ਹੁਣ ਥੋੜ੍ਹਾ ਲੇਟ ਹੋ ਗਏ ਹਾਂ ਹੱਥ ਜੋੜੀ ਖੜਾ ਇੱਧਰ ਬੰਦਾ ਜੀ ਸਾਡੇ ਮਾਣਯੋਗ ਸੈਕਟਰੀ ਸਾਹਿਬ ਪੰਜਾਬ ਪ੍ਰਦੇਸ਼ ਇਹ ਵੀ ਮੁੰਡਾ ਹੁਣ ਤੁਹਾਨੂੰ ਪਤਾ ਹੈ ਇਕੱਲਾ ਘਰ ਵਾਲੀ ਤੋਂ ਬਿਨਾਂ ਥੋੜ੍ਹੀ ਜਿਹੀ ਗਲੋ ਘੱਟ ਲੱਗ ਰਹੀ ਹੋਊਗੀ ਤੁਹਾਨੂੰ ਅੱਗੇ ਦੀ ਗਲੋ ਅਕਸਰ ਹੁੰਦੀ ਇਹ ਬੰਦਾ ਦੇਖੋ ਜਦੋਂ ਇਹਦੀ ਘਰ ਵਾਲੀ ਹੋਵੇ ਉਦੋਂ ਇਹਨੇ ਪੱਕਾ ਪੱਗ ਬੰਨੀ ਹੁੰਦੀ ਆ ਅੱਜ ਇਹ ਪਰਨਾ ਬੰਨੀ ਖੜਾ ਨਹੀਂ ਯਾਰ ਉਦੋਂ ਕਿਉਂ ਨਹੀਂ ਤੂੰ ਪੱਗ ਉਦੋਂ ਕਿਉਂ ਨਹੀਂ ਪਰਨਾ ਬੰਨਦਾ ਬਿਆਨ ਨਹੀਂ ਕਰ ਸਕਦਾ ਹਾਏ ਹਾਏ ਓਏ ਇਹਨੇ ਭਾਜੀ ਪ੍ਰੈਕਟੀਕਲ ਦੇ ਹੋ ਹਟਿਆ ਇਹਨਾਂ ਵਿਆਹ ਦੇ ਵਿੱਚ ਉਹਨੂੰ ਥਿਊਰੀ ਸਮਝਾਉਣ ਨੂੰ ਫਿਰਦਾ ਹੈ ਆਹ ਦੇਖੋ ਲਓ ਜੀ ਕਿਹੜਾ ਤਾਜ ਜਿਹਾ ਲੱਗ ਰਿਹਾ ਲੱਡੂਆਂ ਨਾਲ ਵੀ ਨਾ ਹੋਵੇ ਕਾਹੂਗਾ ਲੱਡੂ ਮੂੰਹ ਮਿੱਠਾ ਕਰਾਵਾਂਗੇ ਲਓ ਜੀ ਦਹੀਂ ਆ ਹਲਦੀ ਆ ਹਨਾ ਬਾਸ ਪਾਉਣਾ ਕਿਹੜੀ ਸਾਬਣ ਨਾਲ ਨਹਾਉਣ ਲੱਗਿਆ ਦੁਲਾ ਸਾਹਿਬ ਸੌਫਟਨੈਸ ਸੌਫਟਨੈਸ ਨਾਲ ਨਹਾ ਰਿਹਾ ਠੀਕ ਹੈ ਠੀਕ ਹੈ ਹਾਂ ਮੂਵੀ ਵਾਲੇ ਵੀਰ ਵੀ ਪਹੁੰਚ ਚੁੱਕੇ ਆ ਮਿੱਠਾ ਕਰਾ ਕੇ ਨਾਈ ਧੋਈ ਦਾ ਸਮਾਗਮ ਸ਼ੁਰੂ ਹੋਣ ਲੱਗਿਆ ਉਹਦੇ ਬਟਨਾਂ ਨਾਲ ਮੂੰਹ ਚ ਪਾ ਦੇਣਗੇ ਤੇ ਲੱਡੂ ਦੀ ਥਾਂ ਤੇ ਮਾਸੀ ਨੇ ਫੜਿਆ ਵੀ ਉਦਾਂ ਹੀ ਹੈ ਬਟਨਾਂ ਮੁੜ ਕੇ ਇਹਨੂੰ ਮਲ ਮਲ ਕੇ ਨਵਾਉਣਾ ਆਪਾਂ ਅੱਜ ਅੱਜ ਮਲ ਦਿਓ ਇੱਥੇ ਹੀ ਨਵਾ ਦਈਏ ਅੱਜ ਤਾਂ ਠੰਡ ਲੱਗ ਜੂਗੀ ਅਸੀਂ ਤਾਂ ਬਾਹਰ ਹੀ ਨਾ ਲੈਨੇ ਮੁਕਸਰ ਵਾਲੇ ਦਾ
ਥੋੜਾ ਕੁਝ ਹੋਰ ਚੀਜ਼ਾਂ ਸਾਡੇ ਤਾਂ ਪੂਰਾ ਫੱਟੇ ਤੇ ਬਿਠਾ ਕੇ ਨੇ ਲੁਧਿਆਣਾ ਸਾਈਡ ਥੋੜਾ ਇਹਨਾਂ ਦਾ ਆਪਣੇ ਰਿਵਾਜ ਦਾ ਫਰਕ ਆ ਮੁਕਸਰ ਵਾਲੇ ਤੋਂ ਸੈਸਟੀ ਬੱਚੇ ਇੱਧਰਲੇ ਥੋੜੇ ਇਹਨੇ ਜੀ ਬਾਥਰੂਮ ਵੀ ਇਸ਼ਨਾਨ ਕਰਦਾ ਮੈਂ ਇੱਥੇ ਆ ਲੰਬੇ ਬੰਦੇ ਨੂੰ ਲਾਓ ਖਾਂ ਯਾਰ ਐਡੇ ਬੰਦੇ ਖੜੇ ਆ ਖੜੋ ਇਹ ਕਦੇ ਕੀ ਕਰਦੇ ਮੁੰਡੇ ਕੱਦ ਦਾ ਇਸਤੇਮਾਲ ਕਰੋ ਹਾਂ ਦੇਖੋ ਬਣ ਗਈ ਗੱਲ ਹੁਣ ਬੈਠੋ ਸਰਵਾਲਾ ਸਾਹਿਬ ਹੀ ਬਹਿ ਗਏ ਇੱਧਰ ਟਿੱਕਾ ਲੱਗਿਆ ਮਾਰਕਰ ਲਾਏ ਹੋਏ ਆ ਵੈਰੀ ਹੈਪੀ ਇੱਧਰ ਯੂਵੀ ਦੇਖੋ ਸਾਈਕਲ ਦੇ ਖੜੇ ਇਹਨੂੰ ਆਈ ਜਾਂਦੇ ਬਾਥਰੂਮ ਤੋਂ ਤਲਵੀਰ ਆ
ਯੂਵੀ ਕਿਵੇਂ ਆ? ਬੜਾ ਘੁੰਡ ਕੱਢਿਆ, ਸ਼ਰਮਾ ਰਿਹਾ ਤੇਰਾ ਮੂੰਹ ਵੇਖ ਕੇ ਸਾਇਨ। ਕੰਧ ਥੋੜੀ ਪਿੱਛੇ ਨੂੰ ਕਰੋ ਯਾਰ, ਆਹ ਸ਼ੰਕ ਚੱਕ ਲਓ। ਥੱਲੇ ਦਿਖਾਇਆ ਕੁੱਜੀਆਂ ਦੇ ਵੀ ਲੱਡੂ ਰੱਖ ਦਿਓ। ਪੈਰ ਕਿਹਨਾਂ ਨੇ ਮਾਮੇ ਤੁਸੀਂ ਨਾਲ ਹੁਣ ਤੁਸੀਂ ਇੱਦਾਂ ਹੀ ਨਾ ਪੈਰ ਮਾਰਦੇ ਆ, ਪਹਿਲਾਂ ਮਾਰੋ ਪੈਰ ਮਾਰੋ, ਬਾਅਦ ਚ ਚੱਕ ਮਾਰੇ। ਹਾਂਜੀ ਹਾਂਜੀ ਚੱਕ ਲੋ ਵੀ ਦੇ ਦਿਨ ਤੋਂ ਹਾਂ ਚੱਕ ਲੋ ਨੇ ਕਰਕੇ ਲਿਆ ਮਾੜਾ ਇਹ ਦੇ ਰਿਓ ਇਹ ਦੇ ਰੱਖ ਕਿੱਤੀ ਇਹ ਕੋਦਾਂ ਵਿੱਚ ਅਮੀਰ ਇਹ ਦੇ ਰੱਖ ਦੇ ਨਾਲ ਲੋ ਦੇ ਇਹ ਗੁੱਡ ਥੈਂਕ ਯੂ ਥੋੜੀ ਫਾਇਦੇ ਬਸ ਤਾਰ ਲੋ ਕਿੰਨਾ ਸ਼ੌਂਕੀ ਆ ਦਲਵੀਰ ਕਹਿੰਦਾ ਤਾਨਣ ਲਈ ਲੈ ਕੇ ਉੱਤੇ ਆਈ ਨੀ ਬਾਹਰ ਜਾਂਦਾ ਚੱਕ ਲਿਆ ਚੱਕ ਲਿਆ ਚੱਕ ਲਿਆ ਰੱਖ ਦੋ ਵੀ ਥੱਲੇ ਭਲਵਾਨਾ ਜਾ ਇਹਨੂੰ ਬਾਹਲਾ ਚਾਹ ਹੋਵੇ ਮੇਰੇ ਵੀ ਇਹੀ ਕਰਨਾ ਨਾ।
ਨਹੀਂ ਆਪਣੇ ਉਧਰ ਕਰਦੇ ਵੀ ਉਹਨੇ ਤੁਹਾਡੀ ਮੂਵੀ ਦੇਖੀ ਹੋਈ ਆ ਵੱਡਿਆਂ ਨਾਲ ਵੱਡਿਆਂ ਦਾ ਪੈਸਾ ਪੂਸਾ ਨਾ ਉਹਨਾਂ ਵੀ ਛੋਟਿਆਂ ਨੇ ਤਾਂ ਆਪਦੀ ਗਿਣਤੀ ਵੀ ਕਰਦੇ ਹੁੰਦੇ ਆ ਕਿੰਨੇ ਬਣੇ ਆ ਸਹੀ ਗੱਲ ਹੈ ਨਹੀਂ ਵਿਆਹ ਹੋ ਗਿਆ ਵੀ ਫੜ ਜੋ ਫੜ ਜੋ ਫੜ ਜੋ ਜਿੰਨੇ ਮਾਮੇ ਸਾਰਾ ਦਾ ਮਿਕਸਚਰ ਹੋਊਗਾ ਲਓ ਜੀ ਗੱਡੀ ਆਪਣੀ ਹੋ ਗਈ ਆ ਰੈਡੀ ਸਾਰੀਆਂ ਗੱਡੀਆਂ ਦੇ ਫੁੱਲ ਲਾਏ ਆ ਟਰੈਕਟਰ ਦੇ ਵੀ ਲਾਇਆ ਤੁਹਾਨੂੰ ਦਿਖਾਉਣੇ ਆ ਪਹਿਲਾਂ ਗੱਡੀ ਦਿਖਾਉਣੇ ਆ ਤੂੰ ਆਤਮ ਕਿਸਮ ਜ਼ਿਆਦੀ ਆ ਦੇਖੋ ਜਿੰਨੀਆਂ ਵੀ ਆਪਣੀਆਂ ਗੱਡੀਆਂ ਸਾਰੀਆਂ ਦੇ ਫੁੱਲ ਲਵਾ ਤੇ ਆ ਦੇਖੋ ਉਧਰੋਂ ਆਪਣਾ ਟਰੈਕਟਰ ਇਹ ਛੋਟਾ ਹੈ ਤਾਂ ਟਾਇਰਾਂ ਦਾ ਬੜਾ ਸ਼ੌਕੀਨ ਆਵੇ ਦੂਜੀਆਂ ਗੱਡੀਆਂ ਕਿੱਧਰ ਖੜੀਆਂ ਜੀ ਆਪਣੀਆਂ ਅੱਛਾ ਅੰਦਰ ਲਾਤੀਆਂ ਵਾਹ ਜੀ ਵਾਹ ਆਹ ਦੇਖੋ ਇੱਕ ਆਪਣੀ ਆਪਣੇ ਵਾਲੀ ਫੋਰਚੂਨਰ ਹੋ ਗਈ ਆਹ ਥਾਰ ਵੀ ਜਾਊਗੀ ਥਾਰ ਵੀ ਰੈਡੀ ਆ ਦੇਖੋ ਜੀ ਆਹ ਆਪਣੀ ਥਾਰ ਬੜੀ ਸੋਹਣੀ ਰੈਡੀ ਹੋਈ ਆ ਅਤੇ ਆਹ ਨਵੀਂ ਫੋਰਚੂਨਰ ਇਹ ਵੀ ਰੈਡੀ ਆ ਇਹ ਅੰਦਰ ਲਾਤੀਆਂ ਸਾਂਭ ਕੇ ਵਿਆਹ ਵਾਲਾ ਮੁੰਡਾ ਗੱਡੀ 'ਚ ਬੈਠ ਕੇ ਜਾਊਗਾ ਆਪਣੀ ਹਾਂ ਵਿਆਹ ਤੋਂ ਪਹਿਲਾਂ ਇਹ ਗੱਡੀ ਲਈ ਸੀ ਹੁਣ ਉਹ ਗੱਲ ਵੀ ਦੱਸਦੇ ਹਾਂ ਬਈ ਬਰਾਤ ਕਿੰਨੇ ਬੰਦੇ ਜਾਣਗੇ ਕੀ ਗੱਲਬਾਤ ਆ ਤੁਹਾਨੂੰ ਇਹ ਖਾਸ ਗੱਲ ਦੱਸਦੇ ਹਾਂ ਬਈ ਹੈ ਨਾ ਉਹ ਬਹੁਤ ਸੋਹਣਾ ਕੰਮ ਕੀਤਾ ਉਹਨੇ ਸਾਨੂੰ ਬਾਕੀ ਪਾਰਟੀ ਕਰਾਂਗੇ ਰਿਸੈਪਸ਼ਨ ਪਾਰਟੀ ਹੋਣੀ ਨੈਕਸਟ ਡੇ ਹੋਣੀ ਆ ਹੁਣ ਜਿਵੇਂ 14 ਦਾ ਆਨੰਦ ਕਾਰਜ ਹੋ ਗਿਆ 15 ਦੀ ਰਿਸੈਪਸ਼ਨ ਪਾਰਟੀ ਇੱਥੇ ਜਗਰਾਉਂ ਹੋਣੀ ਆ ਸੈਲੀਬ੍ਰੇਸ਼ਨ ਚ ਉੱਥੇ ਸਾਰੇ ਗੈਸਟ ਆਉਣਗੇ ਆਪਣੇ ਰਿਸ਼ਤੇਦਾਰ ਆਉਣਗੇ ਹੈ ਨਾ ਸੋ ਬਹੁਤ ਵਧੀਆ ਡਿਸੀਜਨ ਆ ਬਈ ਕੋਈ ਕਿਸੇ ਤੋਂ ਕੁਝ ਲੈਣਾ ਨਹੀਂ ਕੁੜੀ ਵਾਲਿਆਂ ਤੋਂ ਕੁਛ ਵੀ ਨਾ ਦਾਜ ਦੇ ਬਿਲਕੁਲ ਹੀ ਖਿਲਾਫ ਗੱਲ ਆ ਬਹੁਤ ਵਧੀਆ ਗੱਲ ਆ ਨਾ ਬਈ ਦਾਜ ਕੁਛ ਨਹੀਂ ਲੈਣਾ ਆਪਾਂ ਸਿੰਪਲ ਵਿਆਹ ਕਰਨਾ ਆਨੰਦ ਕਾਰਜ ਹੈ ਨਾ ਸੂਟ ਦੇ ਵਿੱਚ ਹੋਊਗਾ ਸੋ ਰਿਸੈਪਸ਼ਨ ਪਾਰਟੀ ਬਹੁਤ ਸ਼ਾਨਦਾਰ ਕਰਾਂਗੇ ਸਿੰਗਰ ਜੀ ਦੱਸਿਆ ਲਾਭ ਹੀਰਾ ਆ ਰਿਹਾ ਹੋਰ ਵੀ ਸਾਰੇ ਗੈਸਟ ਆ ਨਾ ਹਾਂ ਹਾਂ ਬਿਲਕੁਲ ਸੋ ਗੱਡੀਆਂ ਸਜਾ ਦੀਆਂ ਤੁਸੀਂ ਦੇਖ ਲਈਆਂ ਬਸ ਥੋੜੇ ਜਾਣੇ ਜਾਣਗੇ ਘਰ ਦੀ ਫੈਮਿਲੀ ਹੋਊਗੀ ਜਿਹੜੇ ਖਾਸ ਰਿਸ਼ਤੇਦਾਰ ਆ ਬਾਕੀ ਤਾਂ ਬਸ ਰਿਸੈਪਸ਼ਨ 'ਤੇ ਪਹੁੰਚਣਗੇ ਸਾਰੇ ਦੇਖੋ ਜੀ ਹੁਣ ਆਪਾਂ ਛਕਦੇ ਹਾਂ ਰੋਟੀ ਸਾਰੇ ਇੱਧਰ ਤੰਦੂਰੀ ਰੋਟੀਆਂ ਚੱਲੀ ਜਾਂਦੀਆਂ ਭੰਗੜੇ ਦੀ ਪ੍ਰੈਕਟਿਸ ਕਰ ਰਹੇ ਆ ਮੁੰਡੇ ਦਾ ਕੱਲ ਨੂੰ ਵਿਆਹ ਸੌਕੜ ਸੌਕੜ